ਕੈਨੇਡਾ ਵਿੱਚ ਸਰਕਾਰੀ ਨੌਕਰੀ ਕਰਦੇ 49 ਕਾਮਿਆਂ ਨੂੰ ਕੰਮ ਤੋਂ ਕੱਢਿਆ ਗਿਆ ਕਿਉਂਕਿ ਉਹਨਾਂ ਨੇ ਕੰਮ ਕਰਦੇ ਹੋਏ ਨਾਲ ਹੀ CEB ਵੀ ਲਈ ਸੀ ਉਹ 2-2000 ਡਾਲਰ ਦੀ ਮਦਦ ਜੋ ਕੋਵਿਡ-19 ਦੌਰਾਨ ਕੈਨੇਡਾ ਸਰਕਾਰ ਨੇ ਲੋੜਵੰਦਾਂ ਨੂੰ ਦਿੱਤੀ ਸੀ ਕੈਨੇਡਾ ਐਮਰਜੈਂਸੀ ਰਿਸਪੌਂਸ ਬੈਨੇਫਿਟ ਦੀ ਯੋਗਤਾ ਵਿੱਚ ਮੁੱਖ ਸ਼ਰਤ ਇਹ ਸੀ ਕਿ ਉਹਨਾਂ ਦੇ ਲਈ ਇਹ ਮਦਦ ਹੈ ਜਿਨ੍ਹਾਂ ਦਾ ਕੋਵਿਡ ਦੇ ਕਰਕੇ ਕੰਮ ਚੱਲਿਆ ਗਿਆ ਹੋਵੇ ਪਰ ਕੈਨੇਡਾ ਸਰਕਾਰ ਦੇ ਲਈ ਹੀ ਕੰਮ ਕਰ ਰਹੇ 49 ਕਾਮਿਆਂ ਨੇ ਇਹ ਮਦਦ ਲਈ ਜਿਨ੍ਹਾਂ ਨੂੰ ਹੁਣ ਨੌਕਰੀਆਂ ਗਵਾਉਣੀਆਂ ਪੈ ਗਈਆਂ ਨੇ ਤੇ ਹੋਰਾਂ ਦੇ ਉੱਤੇ ਵੀ ਜਾਂਚ ਚੱਲ ਰਹੀ ਹੈ Employment and Social Development Canada ਇਹ ਵਿਭਾਗ ਹੈ ਜਿਨ੍ਹਾਂ ਨੇ ਇੱਕ ਅੰਦਰੂਨੀ ਜਾਂਚ ਕੀਤੀ ਸੀ ਤੇ ਪਾਇਆ ਕਿ ਉਹਨਾਂ ਦੇ ਹੀ ਕੁਝ ਕਾਮਿਆਂ ਨੇ ਸੀਈਆਰਬੀ ਲਈ ਸੀ ਜਿਸ ਤੋਂ ਬਾਅਦ ਇਹ ਜਾਣਕਾਰੀ ਜਨਤਕ ਕੀਤੀ ਗਈ ਹੈ ਇੱਕ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ 211 ਅਰਬ ਡਾਲਰ ਕੈਨੇਡਾ ਵਾਸੀਆਂ ਤੇ ਕੰਪਨੀਆਂ ਨੂੰ ਕੋਵਿਡ-19 ਦੌਰਾਨ ਮਦਦ ਵਜੋਂ ਦਿੱਤੇ ਗਏ ਨੇ ਜਿਸ ਦੇ ਵਿੱਚ 4.6 ਅਰਬ ਡਾਲਰ ਉਹਨਾਂ ਨੂੰ ਗਏ ਨੇ ਜੋ ਯੋਗਤਾ ਹੀ ਨਹੀਂ ਸੀ ਰੱਖਦੇ ਤੇ ਹੋਰ 27.4 ਅਰਬ ਡਾਲਰ ਦੇ ਉੱਤੇ ਹਜੇ ਜਾਂਚ ਚੱਲ ਰਹੀ ਹੈ ਸੀਈਆਰਬੀ ਦੇ ਲਈ ਸ਼ਰਤਾਂ ਸਨ ਕਿ ਪਿਛਲੇ 12 ਮਹੀਨੇ ਵਿੱਚ ਘੱਟੋ-ਘੱਟ 5000 ਡਾਲਰ ਦੀ ਕਮਾਈ ਕੀਤੀ ਗਈ ਹੋਵੇ ਤੇ ਪਿਛਲੇ ਸਾਲ ਦਾ ਟੈਕਸ ਵੀ ਭਰਿਆ ਹੋਇਆ ਹੋਵੇ ਤੇ ਕੁਝ ਹੋਰ ਜਿਸ ਤੋਂ ਬਾਅਦ ਹਰ ਹਫ਼ਤੇ 500 ਡਾਲਰ ਯਾਨੀ ਕਿ ਹਰ ਮਹੀਨੇ 2000 ਡਾਲਰ ਮਿਲਦੇ ਸਨ ਜਦੋਂ ਇਹ ਮਦਦ ਦਿੱਤੀ ਜਾ ਰਹੀ ਸੀ ਤਾਂ ਜ਼ਿਆਦਾ ਜਾਂਚ ਉਸ ਸਮੇਂ ਨਹੀਂ ਸੀ ਕੀਤੀ ਜਾ ਰਹੀ ਕਿਉਂਕਿ ਜ਼ਿਆਦਾ ਲੋਕਾਂ ਨੂੰ ਉਸ ਸਮੇਂ ਵਿੱਤੀ ਮਦਦ ਦੀ ਲੋੜ ਸੀ ਤਾਂ ਇਸੇ ਦਾ ਫਾਇਦਾ ਚੁੱਕਦੇ ਹੋਏ ਕਈ ਲੋਕਾਂ ਨੇ ਧੋਖਾਧੜੀ ਕੀਤੀ ਤੇ ਉਹਨਾਂ ਨੇ ਵੀ ਮਦਦ ਲੈ ਲਈ ਜਿਹੜੇ ਕਿ ਯੋਗਤਾ ਨਹੀਂ ਸੀ ਰੱਖਦੇ ਜਿਸ ਦੇ ਉੱਤੇ ਜਾਂਚ ਵੀ ਚੱਲ ਰਹੀ ਹੈ ਤੇ ਹਜੇ ਵੀ ਆਨਲਾਈਨ ਪੋਰਟਲ ਅਜਿਹਾ ਮੌਜੂਦ ਹੈ ਜਿੱਥੇ ਕਿ ਇਨ੍ਹਾਂ ਪੈਸਿਆਂ ਨੂੰ ਮੋੜਿਆ ਜਾ ਸਕਦਾ ਹੈ ਜਿਨ੍ਹਾਂ ਨੇ ਵੀ ਲਏ ਸਨ ਪਰ ਉਹ ਯੋਗਤਾ ਨਹੀਂ ਸੀ ਰੱਖਦੇ ਤੇ ਉਹ ਹੁਣ ਵਾਪਸ ਕਰਨਾ ਚਾਹੁੰਦੇ ਨੇ ਕਿਉਂਕਿ ਉਸ ਸਮੇਂ ਦੌਰਾਨ ਕਈਆਂ ਦੇ ਕੋਲ ਵਾਧੂ ਪੈਸੇ ਵੀ ਆ ਗਏ ਸਨ ਕਿਉਂਕਿ ਕਈ ਵਾਰ ਗਲਤੀਆਂ ਹੋਈਆਂ ਤਕਨੀਕੀ ਖਰਾਬੀ ਹੋਈ ਜਿਸ ਕਰਕੇ ਕਈਆਂ ਨੂੰ ਦੋ-ਦੋ ਵਾਰ ਵੀ ਸੀਈਆਰਬੀ ਦੀ ਮਦਦ ਪਹੁੰਚ ਗਈ ਜਿਸ ਤੇ ਵਿੱਚ ਉਹਨਾਂ ਨੂੰ ਆਪਣੇ ਆਪ ਉਸ ਨੂੰ ਵਾਪਸ ਕਰਨ ਦੇ ਲਈ ਕਿਹਾ ਗਿਆ ਸੀ